ਮੇਰਾ ਕੈਰੈਕਟਰ ਦਾ ਨਾਮ ਹੈ ਸੁਖ ਜੋ ਕੋਸ਼ਿਸ਼ ਕਰਦੀ ਕਿ ਥੋੜਾ ਥੋੜਾ ਸੁਖ ਵੰਡਦੀ ਰਵੇ ਕਿਤੇ ਕਿਤੇ ਕੁਰਤੀਲੇ ਦੀ ਲਾਈਫ ਚ ਯਾਰ ਤੈਨੂੰ ਸੋਚਣਾ ਚਾਹੀਦਾ ਉਹਦੇ ਬਾਰੇ ਕਿੰਨਾ ਲਾਈਕ ਕਰਦਾ ਉਹ ਤੈਨੂੰ ਉਹਦੀਆਂ ਹਰਕਤਾਂ ਤਾਂ ਦੇਖ ਲੈ ਜੇਕਰ ਉਹ ਮੇਰਾ ਬੁਆਏਫ੍ਰੈਂਡ ਹੋਵੇ ਨਾ ਤਾਂ ਸਭ ਤੋਂ ਜ਼ਿਆਦਾ ਤੁਸੀਂ ਹੀ ਮੇਰਾ ਮਜ਼ਾਕ ਉਡਾਉਣਾ ਮੈਂ ਆਪਣੇ ਪੁਰਾਣੇ ਸ਼ੋਅ ਦੇ ਵਿੱਚ ਇਨਾਂ ਹੀ ਜ਼ਿੰਦਗੀ ਵਿੱਚ ਦੁੱਖ ਵੰਡਿਆ ਤੇ ਇਸ ਮੂਵੀ ਦੇ ਵਿੱਚ ਮੈਂ ਕਿਸੇ ਹੋਰ ਦੀ ਜ਼ਿੰਦਗੀ ਚ ਦੁੱਖ ਵੰਡ ਰਿਹਾ ਮੇਰਾ ਕੈਰੈਕਟਰ ਇਹੋ ਜਿਹਾ ਹੈ ਕਿ ਆਈ ਵਾਸ ਲਾਈਕ ਹੂ ਆਰ ਯੂ ਲੋਕ ਤੁਹਾਡੀ ਮੂਵੀ ਕਿਉਂ ਦੇਖਣ ਫੁਰਤੀਲਾ ਉਦਾਂ ਦਾ ਕੰਟੈਂਟ ਹੈ ਹਸੀ ਹੈ ਪਿਆਰ ਹੈ ਮਜ਼ਾਕ ਹੈ ਐਂਡ ਆਈ ਕੈਨ ਗੈਰੈਂਟੀ ਯੂ ਤੁਸੀਂ ਥੀਏਟਰ ਚ ਬਾਹਰ ਨਿਕਲੋਗੇ ਤੇ ਤੁਹਾਡੇ ਫੇਸਸ ਤੇ ਇੱਕ ਸਮਾਈਲ ਹੋਊਗੀ ਕਾਲਜ ਵਿੱਚ ਇਹਨੂੰ ਫੁਰਤੀਲਾ ਕਹਿੰਦੇ ਸੀ ਇਹਦੀ ਫੁਰਤੀ ਕਰਕੇ ਨਹੀਂ ਇਹਦੀਆਂ ਹਰਕਤਾਂ ਕਰਕੇ ਮੈਂ ਬੰਬਈ ਬੈਠ ਕੇ ਇਸ ਮੂਵੀ ਦਾ ਆਡੀਸ਼ਨ ਦਿੱਤਾ ਮੈਨੂੰ ਪਹਿਲੀ ਵਾਰ ਪਤਾ ਚੱਲਿਆ ਕਿ ਪੰਜਾਬੀ ਮੂਵੀਜ਼ ਦੇ ਵੀ ਆਡੀਸ਼ਨ ਹੁੰਦੇ ਨੇ ਪੰਜਾਬੀ ਇੰਡਸਟਰੀ ਗ로우 ਕਰ ਰਹੀ ਹੈ ਬਟ ਆਈ ਐਮ ਸੌਰੀ ਟੂ ਸੇ ਮਤਲਬ ਜੋ ਮੈਂ ਬੋਲਣ ਜਾ ਰਹੀ ਹਾਂ ਸ਼ਾਇਦ ਕੁਝ ਲੋਕਾਂ ਨੂੰ ਅੱਛੀ ਨਾ ਲੱਗੇ ਬਟ ਨਵੇਂ ਚਿਹਰੇ ਨਹੀਂ ਦੇਖਣ ਨੂੰ ਮਿਲਦੇ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੀਟੀਸੀ న్యూਸ ਤੇ ਮੈਂ ਤੁਹਾਡੇ ਨਾਲ ਆਡੀ ਲਵੇ ਫਰਤੀਲੇ ਇਹ ਖੁਦ ਵੀ ਲੱਗ ਰਿਹਾ ਮੈਨੂੰ ਸਾਰੇ ਫਰਤੀਲੇ ਪਹਿਲਾਂ ਤਾਂ ਆਪਣੇ ਬਾਰੇ ਦੱਸੋ ਮੈਂ ਆਜੀ ਹਰਸਿਮਰਨ ਉਬਰੋਏ ਤੇ ਉਬਰੋਏ ਹਾਂ ਥੋੜਾ ਜਿਹਾ ਨਾਮ ਪਾ ਰਿਹਾ ਠੀਕ ਸੋ ਫਰਤੀਲੇ ਜੀ ਕੰਮ ਕਰ ਰਹੇ ਆਪਾਂ ਤਿੰਨੋ ਮੇਰਾ ਕੈਰੈਕਟਰ ਦਾ ਨਾਮ ਹੈ ਸੁਖ ਜੋ ਕੋਸ਼ਿਸ਼ ਕਰਦੀ ਕਿ ਥੋੜਾ ਥੋੜਾ ਸੁੱਖ ਵੰਡਦੀ ਰਵੇ ਕਿਤੇ ਕਿਤੇ ਫੁਰਤੀਲੇ ਦੀ ਲਾਈਫ ਚ ਨੂਰ ਦੀ ਲਾਈਫ ਚ ਤੇ ਉਹ ਕੋਸ਼ਿਸ਼ ਕਰਦੀ ਰਹਿੰਦੀ ਹੈ ਪੂਰੀ ਫਿਲਮ ਚ ਐਂਡ ਬਾਕੀ ਸਾਡੀ ਕਾਸਟ ਇਥੇ ਵੇਟੀ ਸਾਡੇ ਨਾਲ ਅਸੀਂ ਬਹੁਤ ਇੰਜੋਏ ਕੀਤਾ ਫਿਲਮ ਸ਼ੂਟ ਕਰਦੇ ਹੋ ਮਤਲਬ ਕਾਲਜ ਦੀ ਲਾਈਫ ਅਸੀਂ ਦਿਖਾਈ ਹੈ ਤੇ ਅਸੀਂ ਪੂਰੀ ਫੀਲ ਲੱਤੀ ਹੈ ਕਾਲਜ ਦੀ ਆਪਾਂ ਹੱਸਿਆ ਖੇਡਿਆ ਸਾਡਾ ਸੀਨ ਤੋਂ ਪਹਿਲਾਂ ਅਸੀਂ ਵੈਨਿਟੀ ਚ ਬੈਠ ਕੇ ਲਿਟਰਲੀ ਹੱਸ ਰਹੇ ਹੁੰਦੇ ਸੀ ਕੀ ਕੀ ਖੇਡਿਆ ਗੇਮਸ ਖੇਡੇ ਆਂ ਐਂਡ ਮੇਰੇ ਲਈ ਇੱਕ ਬਹੁਤ ਵੱਡੀ ਗੱਲ ਸੀ ਕਿ ਬਿਕਾਜ਼ ਅਸੀਂ ਸ਼ੂਟ ਕੀਤਾ ਮੇਰੀ ਯੂਨੀਵਰਸਿਟੀ ਚ ਕੁਝ ਸੀਨਸ ਤੇ ਮੈਨੂੰ ਐਦਾਂ ਫਲੈਸ਼ਬੈਕ ਚਿਤਕਾਰਾ ਯੂਨੀਵਰਸਿਟੀ ਮੈਂ ਉੱਥੋਂ ਹੀ ਪੜੀ ਆ ਤੇ ਹਾਂਜੀ ਰਾਜਪੁਰਾ ਤੇ ਉਹ ਇੱਕ ਯੂ ਨੋ ਮੈਮਰੀ ਲੇਨ ਸੀਗੀ ਮੇਰੇ ਲਈ ਕਿ ਆਪਾਂ ਉੱਥੇ ਸ਼ੂਟ ਕਰ ਰਹੇ ਹਾਂ ਜਿੱਥੇ ਪੜਿਆ ਤੇ ਉਹ ਮੇਰੇ ਲਈ ਬਹੁਤ ਵਧੀਆ ਐਕਸਪੀਰੀਅੰਸ ਹੈਗਾ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੈ ਨਵੀ ਅਰੋੜਾ ਤੇ ਜਿਵੇਂ ਕਿ ਇਹਨਾਂ ਨੇ ਦੱਸਿਆ ਕਿ ਇਹਨਾਂ ਨੇ ਸੁੱਖ ਵੰਡਿਆ ਤੇ ਮੈਂ ਮੈਂ ਆਪਣੇ ਪੁਰਾਣੇ ਸ਼ੋਅ ਦੇ ਵਿੱਚ ਇਨਾ ਦੀ ਜ਼ਿੰਦਗੀ ਵਿੱਚ ਦੁੱਖ ਵੰਡਿਆ ਤੇ ਇਸ ਮੂਵੀ ਦੇ ਵਿੱਚ ਮੈਂ ਕਿਸੇ ਹੋਰ ਦੀ ਜ਼ਿੰਦਗੀ ਵਿੱਚ ਦੁੱਖ ਵੰਡ ਰਿਹਾ ਤੇ ਇਹ ਪਚਾ ਰਹੇ ਨੇ ਕਿ ਮੇਨਾ ਹੋ ਚੁਕੀ ਐ ਤੂੰ ਨਾ ਹੋਣ ਦੇ ਕਹਿਣਾ ਸੋ ਲੱਗੇ ਜਿੰਨਾ ਕਿ ਮੈਂ ਟ੍ਰੇਲਰ ਤੋਂ ਦੇਖਿਆ ਅਮੀਰ ਜਾਦਾ ਬੋਲੋਈ ਕੱਲਾ ਹੀ ਰਿਚ ਜਾਂਦਾ ਜੱਸੀ ਗੱਲ ਦੇ ਪਿੱਛੇ ਤੁਸੀਂ ਹੋ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ ਨਾ ਕਿ ਅਮੀਰ ਮੁੰਡੇ ਜਿਹੜੇ ਵੱਡੀਆਂ ਗੱਡੀਆਂ ਦਾ ਸ਼ੌਂਕ ਰੱਖਦੇ ਨੇ ਤੇ ਨੱਡੀਆਂ ਉਹਨਾਂ ਦਾ ਸ਼ੌਂਕ ਰੱਖਦੀਆਂ ਨੇ ਉਹ ਮੇਰੀ ਗਲਤੀ ਨਹੀਂ ਹੁਣ ਆਪੇ ਕੁੜੀ ਫਸ ਜਾਂਦੀ ਐ ਚਲੋ ਬਤਾ ਚਲੋ ਜੱਸੀ ਵੀਰੇ ਨਾਲ ਜੱਸੀ ਭਾਈ ਨਾ ਕੰਮ ਕਰਕੇ ਐਕਚੁਅਲ 'ਚ ਬਹੁਤ ਵਧੀਆ ਲੱਗਾ ਜਿਵੇਂ ਆਪਾਂ ਕਾਲੇ ਟਾਈਮਸ ਹੁੰਦੇ ਹੁੰਦੇ ਨੇ ਨਾ ਬਾਪੂ ਵਾਲੇ ਦੇਨ ਤਾਂ ਨਹੀਂ ਉਹਦੀ ਚਿੱਟੀ ਲਾਂਸਰ ਵੱਢਦੀ ਜਾਂਦੀ ਫਾਹੇ ਨਹੀਂ ਤੇ ਇਸ ਫਿਲਮ ਦੇ ਵਿੱਚ ਬਾਈ ਕਹਿ ਰਹੇ ਨੇ ਮੈਂ ਹਾਲੇ ਤੱਕ ਵੀ ਉਸ ਕੁੜੀ ਦੇ ਪਿਆਰ ਚ ਤੇ ਉਹ ਕੁੜੀ ਐ ਮਾਇਰ ਦਸਤੂਰ ਤੇ ਉਸ ਟਾਈਮ ਆਪਾਂ ਹੁਣ ਕਾਲਜ ਦੇ ਫਰਸਟ ਇਅਰ ਸੈਕੰਡ ਇਅਰ ਸੰਦੇ ਹੁੰਦੇ ਸੀ ਤੇ ਹੁਣ ਨਾਲ ਕੰਮ ਕਰਕੇ ਨਾ ਫਰਸਟ ਟਾਈਮ ਮਤਲਬ ਬਹਾੜਾ ਗੈਪ ਨਹੀਂ ਕਿਹਾ ਮੈਂ ਥੋੜਾ ਜਿਹਾ ਹੀ ਕਿਹਾ ਮਤਲਬ ਥੋੜੇ ਜਿਹਾ ਹੀ ਵੱਡੇ ਨੇ ਮੈਂ ਉਦੋਂ ਸਟੇਜ ਤੇ ਵੀ ਬਾਈ ਨੂੰ ਉਹੀ ਕਿਹਾ ਸੀ ਤੇ ਮੈਂ ਉਹੀ ਕਹਿਣਾ ਕਿ ਹੁਣ ਨਾਲ ਸਟੇਜ ਵੀ ਸ਼ੇਅਰ ਕੀਤੀ ਨਾਲ ਸ਼ੂਟ ਕੀਤਾ ਤੇ ਉਸ ਟਾਈਮ ਨਾਲ ਮਤਲਬ ਉਹ ਡਬਲ ਜਿਹੀ ਫੀਲਿੰਗ ਸੀਗੀ ਠੀਕ ਹੈ ਪਰ ਜਦੋਂ ਆਪਾਂ ਕਰੈਕਟਰ ਦੇ ਵਿੱਚ ਲਏ ਨਾ ਬਾਈ ਮੋੜ ਦੇ ਹੱਥ ਰੱਖਣਾ ਸਾਈਡ ਤੇ ਲੈਣਾ ਆਪਾਂ ਨਾ ਐ ਕਰਾਂਗੇ ਐ ਕਰਾਂਗੇ ਆ ਕਰਾਂਗੇ ਜਿਵੇਂ ਯਾਰ ਦੋਸਤ ਨਹੀਂ ਹੁੰਦੇ ਜਿਵੇਂ ਸੇਮ ਆਪਾਂ ਉਸ ਲੈਵਲ ਤੇ ਕਰ ਦਿੰਦੇ ਨੇ ਤੇ ਇੰਨਾ ਕੰਫਰਟ ਜ਼ੋਨ ਕਰ ਦਿੰਦੇ ਸੀ ਕਿ ਬਾਅਦ ਚ ਨਾ ਈਜ਼ੀ ਜਿਹਾ ਫੀਲ ਹੋਣਾ ਸ਼ੁਰੂ ਹੋ ਜਾਂਦਾ ਸੀਗਾ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਤੇ ਸਾਰੇ ਆਡੀਅנס ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੈਸਦੀ ਮੇਰਾ ਕਰੈਕਟਰ ਨੇਮ ਜੈਸ ਹੈ ਫਿਲਮ 'ਚ ਤੇ ਮੈਂ ਕਹਾਂਗੀ ਕਿ ਤੁਹਾਨੂੰ ਟ੍ਰੇਲਰ ਚੋਂ ਦਾ ਕੁਝ ਐਸੈਸ ਦੇਖਣ ਨੂੰ ਨਹੀਂ ਮਿਲੇਗਾ ਇੱਕ ਸੀਕ੍ਰੀਟ 엘ਿਮੈਂਟ ਹੈਗਾ ਫਿਲਮ 'ਚ ਜਿਹੜਾ ਮੈਂ ਕਹਾਂਗੀ ਕਿ ਜਾਜ਼ ਹੈ ਨਾਮ ਵਰਗੀ ਹੈ ਉਹ ਆਪਣੇ ਟਵਿਸਟ ਐਂਡ ਟਰਨ ਜਿਹੜੇ ਹੈ ਨਾ ਮੈਨੂੰ ਲੱਗਦਾ ਉਹ ਜਾਜ਼ ਲੈ ਕੇ ਆ ਰਹੀ ਹੈ ਮੂਵੀ 'ਚ ਕੀ ਸਹੀ ਕਹਿ ਰਹੀ ਹੈ ਕਿ ਗਲਤ ਕਹਿ ਰਹੀ ਹੈ ਤੇ ਜਾਜ਼ ਨੂੰ ਮੈਂ ਲੈ ਕੇ ਆ ਰਹੀ ਹਾਂ ਜਾਜ਼ ਹੈਜ਼ ਅ ਵਾਈਬ ਯਾ ਵਾਈ ਫੁੱਲ ਵਾਈਬ ਵੈਲ ਬਹੁਤ ਅੱਛਾ ਲੱਗਿਆ ਮੈਨੂੰ ਟੀਮ ਨਾਲ ਜੁੜ ਕੇ ਮੀਕ ਇਸ ਮੇਰਾ ਕੈਰੈਕਟਰ ਇਹ ਹੋ ਜਾਏ ਕਿ ਆ ਵਾਸ ਲਾਈਕ ਹਮ ਹੂ ਆਰ ਯੂ ਹਾਂ ਅ ਜਸੀਸਾ ਨਾਲ ਮੈਨੂੰ ਕੁਝ ਪਰਫਾਰਮ ਕਰਨ ਦਾ ਜਾਂ ਸੀਨ ਮੇਰੇ ਨਹੀਂ ਹੈਗੇ ਬਟ ਅਮਾਇਰਾ ਨਾਲ ਬਹੁਤ ਨੇ ਤੇ ਮੈਂ ਉਹਨੂੰ ਫੁੱਲ ਕੰਪੀਟੀਸ਼ਨ ਦਿੱਤਾ ਹੈ ਜੈਜ਼ ਨੇ ਨੂਰ ਨੂੰ ਕੀ ਤੂੰ ਕੌਣ ਹੋ ਤੂੰ ਕੀ ਕਰ ਸਕਦੀ ਹੈ ਤੂੰ ਐਦਾ ਕਰ ਤੂੰ ਉਹਦਾ ਕਰ ਤੇ ਬਾਕੀ ਮੈਨੂੰ ਦੋ ਯਾਰ ਮਿਲੇ ਨੇ ਮੇਰੇ ਜਿਹੜੇ ਕਿ ਯੂ نو ਸ਼ੂਟ ਕਰਦੇ ਅਸੀਂ ਐਕਟਰ ਐ ਉਸ ਤੋਂ ਬਾਅਦ ਅਸੀਂ ਭੁੱਲ ਜਾਂਦੇ ਆ ਮਤਲਬ ਹੁੰਦਾ ਕਿ ਪੈਸਾ ਮਿਲਾਂ ਜੇਬ ਮੇਂ ਔਰ ਉਸਕੇ ਬਾਅਦ ਤੂੰ ਆਪਣੇ ਘਰ ਆਮ ਆਪਣੇ ਘਰ ਲੇਕਿਨ ਇਸ ਮੂਵੀ ਚ ਮੈਂ ਕਹਾਂਗੀ ਮੈਨੂੰ ਬਹੁਤ ਪਿਆਰੇ ਦੋ ਦੋਸਤ ਮਿਲੇ ਨੇ ਜਿਨ੍ਹਾਂ ਨੂੰ ਮੈਂ ਹੁਣ ਵੀ ਫਿਲਮ ਦੀ ਸ਼ੂਟ ਤੋਂ ਬਾਅਦ ਵੀ ਅਸੀਂ ਉਹੀ ਸਾਡੀ ਜਿਹੜੀ ਫਿਲਮ ਚ ਦੋਸਤੀ ਨਹੀਂ ਦਿਖਾਈ ਗਈ ਬਟ ਫਿਲਮ ਤੋਂ ਬਾਅਦ ਜਿਹੜੀ ਦੋਸਤੀ ਬਣੀ ਹੈ ਨਾ ਉਹ ਬlesed ਹਮ ਐ ਉਸ ਚੀਜ਼ ਲਈ ਹਰ ਸਿਮਰਨ ਲਈ ਤੇ ਨਵੀ ਲਈ ਥੈਂਕ ਯੂ ਗਾਇਜ਼ ਮੇਰੀ ਲੇਫ ਚੈਨਲੀ ਇਹ ਤਾਂ ਹੋਇਆ ਆਪਣਾ ਥੋੜਾ ਜਿਹਾ ਐਂਟਰਟੇਨਮੈਂਟ ਹਸੀ ਮਜ਼ਾਕ ਹੁਣ ਥੋੜਾ ਜਿਹਾ ਮੈਂ ਪੱਤਰਕਾਰ ਦਾ ਵੱਲ ਆਉਣਾ ਅਬ ਦੇ ਮਹਿਕਮੇ ਵੱਲ ਹਾਂਜੀ ਹੁਣ ਆਪਾਂ ਇਦਾਂ ਕੀ ਬੈਠੀ ਲੋਕ ਤੁਹਾਡੀ ਮੂਵੀ ਕਿਉਂ ਦੇਖਣ ਮੈਨੂੰ ਲੱਗਦਾ ਕਿ ਜਿੱਦਾਂ ਹੁਣ ਪੰਜਾਬੀ ਇੰਡਸਟਰੀ ਚ ਕਹਾਣੀਆਂ ਬਣਣ ਬਣਨੀਆਂ ਸ਼ੁਰੂ ਹੋ ਗਈਆਂ ਨੇ ਆਡਾਇੰਸ ਵੀ ਕੰਟੈਂਟ ਦੇਖਣਾ ਚਾਹਦੀ ਹੈ ਤੇ ਐਕਟਰਸ ਵੀ ਚਾਹੁੰਦੇ ਕਿ ਇਦਾਂ ਦਾ ਕੰਟੈਂਟ ਆਡਾਇੰਸ ਦੇ ਸਾਹਮਣੇ ਆਵੇ ਜੋ ਉਹਨਾਂ ਨੂੰ ਪਸੰਦ ਆਵੇ ਉਹਨੂੰ ਪਿਆਰ ਕਰਨ ਐਂਡ ਆਈ ਥਿੰਕ ਫੁਰਤੀਲਾ ਉਦਾਂ ਦਾ ਕੰਟੈਂਟ ਹੈ ਹਸੀ ਹੈ ਪਿਆਰ ਹੈ ਮਜ਼ਾਕ ਹੈ ਐਂਡ ਆਈ ਕੈਨ ਗੈਰੰਟੀ ਯੂ ਤੁਸੀਂ ਥੀਏਟਰ ਚੋਂ ਬਾਹਰ ਨਿਕਲੋਗੇ ਤਾਂ ਤੁਹਾਡੇ ਫੇਸਸ ਤੇ ਇੱਕ ਸਮਾਈਲ ਹੋਊਗੀ ਔਰ ਸੱਚੀ ਮੂਵੀ ਬਹੁਤ ਸੋਹਣੀ ਹੈ ਇੱਕ ਹੁੰਦਣਾ ਭਾਂ ਹੀ ਕਹਿ ਦਿੰਦਾ ਆ ਸਾਡੇ ਮੂੰਹ ਤੇ ਨਹੀਂ ਆਂਦਾ ਉਹ ਕਦੀ ਐਕਸਪ੍ਰੈਸ਼ਨ ਐਕਚੁਅਲ ਦੇ ਵਿੱਚ ਨਹੀਂ ਆਂਦਾ ਦਿਲੋਂ ਨਹੀਂ ਆਂਦਾ ਪਰ ਮੈਂ ਦਿਲੋਂ ਕਹਿੰਨਾ ਬੜਾ ਮਜ਼ਾ ਆਊਗਾ ਤੁਹਾਨੂੰ ਸਾਰਿਆਂ ਨੂੰ ਨਾ ਨਵੇਂ ਚਿਹਰੇ ਦੇਖਣ ਨੂੰ ਮਿਲਣਗੇ ਪੰਜਾਬੀ ਇੰਡਸਟਰੀ ਗਰੋ ਕਰ ਰਹੀ ਹੈ ਬਟ ਆਈ ਐਮ ਸੌਰੀ ਟੂ ਸੇ ਮਤਲਬ ਜੋ ਮੈਂ ਬੋਲਣ ਜਾ ਰਹੀ ਹਾਂ ਸ਼ਾਇਦ ਕੁਝ ਲੋਕਾਂ ਨੂੰ ਅੱਛੀ ਨਾ ਲੱਗੇ ਬਟ ਨਵੇਂ ਚਿਹਰੇ ਨਹੀਂ ਦੇਖਣ ਨੂੰ ਮਿਲਦੇ ਮੈਂ ਬੰਬਈ ਬੈਠ ਕੇ ਇਸ ਮੂ ਮੈਨੂੰ ਪਹਿਲੀ ਵਾਰ ਪਤਾ ਚੱਲਿਆ ਕਿ ਪੰਜਾਬੀ movies ਦੇ ਵੀ audition ਹੁੰਦੇ ਨੇ ਤੇ ਮੈਨੂੰ ਲੱਗਦਾ ਕਿ audience ਨੂੰ ਇਹ movies ਜ਼ਰੂਰ ਦੇਖਣ ਦੇਖਣਾ ਆਣਾ ਚਾਹੀਦਾ ਹੈ ਕਿਉਂਕਿ ਨਵੇਂ ਚਿਹਰੇ ਦਿਖਣਗੇ ਔਰ ਜਿਹੜੇ ਲੋਕ ਸਾਡੇ ਵਾਂਗੂ ਐਕਟਰ ਬੰਨਣਾ ਚਾਹੁੰਦੇ ਨੇ ਜੋ ਪੁੱਛਦੇ ਨੇ ਕਿ ਅਸੀਂ ਐਕਟਰ ਬੰਨਣਾ ਬਹੁਤ ਸਾਰੇ DMs ਆਉਂਦੇ ਨੇ ਮੈਨੂੰ ਅਕਸਰ ਕਿ ਅਸੀਂ ਐਕਟਿੰਗ ਚਾਹਨਾ ਜਾਂਦੇ ਹਾਂ ਅਸੀਂ ਕੀ ਕਰੀਏ ਅਸੀਂ ਕਿੱਦਾਂ ਆਈਏ ਹੈ ਨਾ ਔਰ ਮੈਨੂੰ ਲੱਗਦਾ ਕਿ ਮੈਂ ਕੀ ਕਹਾਂ ਕਿ ਕਿਵੇਂ ਆਓਗੇ ਤੇ ਫਾਈਨਲੀ ਕਿਸੇ ਨੇ ਇਨੀਸ਼ੀਏਟਿਵ ਲਿੱਤਾ ਹੈਗਾ ਨਵੇਂ ਟੈਲੈਂਟ ਨੂੰ ਮੌਕਾ ਦੇਣ ਦਾ ਤੇ ਉਹਦੇ ਲਈ ਮੈਂ ਅਮਰ ਸਰ ਨੂੰ ਥੈਂਕ ਯੂ ਕਰਨਾ ਚਾਹਾਂਗੀ ਇਹ ਵੀ ਤੁਹਾਡੇ ਦਿਲ ਦਾ ਕਰੀਬ ਹੋਏਗਾ ਸਵਾਲ ਕਿਹੜਾ ਮੈਂ ਪੁੱਛਣ ਲੱਗਿਆ ਜਿਸ ਦਿਨ ਤੁਹਾਡੇ ਫੋਨ ਤੇ ਇਹ ਘੰਟੀ ਵੱਜੀ ਸੀ ਕਿ ਤੁਸੀਂ ਜੱਸੀ ਗਿੱਲ ਨਾਲ ਕੰਮ ਕਰਨਾ ਨੀਂਦ ਆਈ ਸੀ ਇਹ ਸਾਰੇ ਤਾਂ ਪਹਿਲਾਂ ਕਾਸਟ ਹੋ ਗਏ ਹੋਏ ਸੀਗੇ ਮੈਨੂੰ ਅਮਰ ਬਾਈ ਦੀ ਨਾ ਰਾਤ ਨੂੰ WhatsApp ਕਾਲ ਤੇ ਮੈਸੇਜ ਆਇਆ ਹੋਇਆ ਸੀਗਾ ਤੇ ਮੈਂ ਸਵੇਰੇ ਉੱਠ ਕੇ ਅਰਾਊਂਡ 7 ਵਜੇ ਜਮ ਦੇ ਵਿੱਚ ਸੀਗਾ ਮੈਂ ਵਰਕਆਊਟ ਕਰਦਾ ਪਾ ਮੈਨੂੰ ਹਲੇ ਵੀ ਯਾਦ ਆ ਮੈਂ ਵਿੰਡੋ ਦੇ ਵਾਲੀ ਸਾਈਡ ਤੇ ਦੇਖਦਾ ਪਾ ਇੱਕਦਮ ਮੈਸੇਜ ਦੇਖਿਆ ਅਮਰ ਬਾਈ ਦਾ ਕਾਲ ਮੈਂ ਜਮ ਜਮ ਛੱਡਿਆ ਮੈਂ ਸਿੱਧਾ ਹੀ ਬਾਹਰ ਮੈਂ ਕਹਾਂਜੀ ਬਾਈ ਸ ਤੇ ਮੈਂ ਪੁੱਛਿਆ ਕਹਿੰਦੇ ਨਾ ਵੀ ਇਦਾਂ ਦਾ ਇੱਕ ਫਿਲਮ ਹੈ ਕੀ ਹੈ ਕੁਝ ਇਦਾਂ ਰੋਲ ਹੈ ਉਹਨਾਂ ਦੀ ਵਰਡਿੰਗ ਆਈ ਸੀ ਨਾ ਵੀ ਸੈਕੰਡ ਲੀਡ ਮੰਨ ਲੈ ਪੈਰਲਲ ਲੀਡ ਮੰਨ ਲੈ ਬਹੁਤ ਵਧੀਆ ਰੋਲ ਆ ਮੈਂ ਕਿਹਾ ਬਾਈ ਤੁਸੀਂ ਜੋ ਮਰਜ਼ੀ ਕਰਾਓ ਵਧੀਆ ਹੀ ਹੋਊਗਾ ਕਿਉਂਕਿ ਮੈਂ ਤੁਹਾਡੇ ਨਾਲ ਕੰਮ ਕਰਨਾ ਚਾਹਣਾ ਮੈਂ ਕਿਹਾ ਤੁਸੀਂ ਉਹਨਾਂ ਚੋਂ ਇੱਕ ਕੋ ਕਿ ਜਿਹੜੇ ਗਿਣਤੀ ਦੇ ਤਿੰਨ ਕ ਜਣੇ ਨੇ ਉਹਨਾਂ ਚੋਂ ਤੁਸੀਂ ਇੱਕ ਕੋ ਜਿੰਨਾਂ ਨਾਲ ਮੈਂ ਕੰਮ ਕਰਨਾ ਚਾਹਣਾ ਇੱਕ ਵਾਰ ਐਵੇਂ ਹੁੰਦਾ ਨਾ ਕਿਦੋਂ ਇਹ ਜਿਹਾ ਫੋਨ ਆਉਂਦਾ ਉਹਦੋਂ ਬੰਦਾ ਕਰੈਕਟਰ ਨਹੀਂ ਬੋਲਦਾ ਉਹ ਤੁ ਜੋ ਮਰਜ਼ੀ ਕਰਾ ਲਓ ਮੈਂ ਕਰ ਦੂੰਗਾ ਬਾਈ ਨੀ ਕਰੈਕਟਰ ਦੱਸਿਆ ਸਭ ਤੋਂ ਪਹਿਲਾਂ ਅੱਛਾ ਤੇ ਬਾਈ ਕ ਮੈਨੂੰ ਪਤਾ ਤੁਸੀਂ ਕਰਾਉਂਗੇ ਤੇ ਕੁਝ ਵਧੀਆ ਹੀ ਕਰਾਉਂਗੇ ਕਿਉਂਕਿ ਉਹਨਾਂ ਦੇ ਕੈਰੈਕਟਰ ਵੀ ਫੇਮਸ ਨੇ ਕਹਿੰਦੇ ਮੋਹਾਲੀ ਆ ਸਕਦਾ ਮੈਂ ਕਿਹਾ ਹਾਂਜੀ ਮੈਂ ਗੱਡੀ ਚੁੱਕੀ ਮੈਂ ਮੋਹਾਲੀ ਆ ਗਿਆ ਤੇ ਕਹਿੰਦੇ ਆਪਾਂ ਦੁਬਾਰਾ ਆਡੀਸ਼ਨ ਕਰਦੇ ਹਾਂ ਉਹੀ ਵਾਲਾ ਤੇ ਆਵਲੇ ਆਵਲੇ ਲੁੱਕ ਚਾਹੀ ਮੈਂ ਕਿਹਾ ਚਲੋ ਠੀਕ ਹੈ ਆਡੀਸ਼ਨ ਕੀਤਾ ਮੈਂ ਦਰਵਾਜ਼ੇ ਤੇ ਗਿਆ ਕਹਿੰਦੇ ਹੈਲੋ ਆਪਾਂ ਮੁੰਡਾ ਫਾਈਨਲ ਕਰ ਲਿਆ ਮੈਂ ਕਿਹਾ ਅੱਛਾ ਠੀਕ ਹੈ ਜੀ ਮੈਂ ਕਹਾਂ ਅੰਦਰ ਆ ਜਾ ਮੈਂ ਕਿਹਾ ਠੀਕ ਹੈ ਮੈਂ ਕਿਹਾ ਠੀਕ ਹੈ ਤੇ ਮੈਂ ਉਹ ਇਕੱਲਾ ਬੰਦਾ ਆ ਜਿਹੜਾ ਸਭ ਤੋਂ ਲਾਸਟ ਵਿੱਚ ਫਾਈਨਲ ਹੋਇਆ ਤੇ ਇੱਕ ਦਿਨ ਛੱਡ ਕੇ ਅਗਲੇ ਦਿਨ ਸ਼ੂਟਸ ਹੈ ਅਗਲੇ ਦਿਨ ਮੈਨੂੰ ਕਾਸਟਿਊਮ ਟ੍ਰਾਇਲ ਵਾਸਤੇ ਲੈ ਲੁਕਗੇ ਨੇ ਮਾਰਕੀਟ ਮੋਰਕੀਟ ਕੀ ਹਾਂ ਵੀ ਇਹ ਦਾਦਾ ਚੀਜ਼ ਆ ਜੋ ਜੋ ਫਿੱਟ ਆਊਗਾ ਉਸ ਤੋਂ ਅਗਲੇ ਦਿਨ ਸਵੇਰੇ 7 ਵਜੇ ਸ਼ੂਟ ਤੇ ਜਾਣਾ ਤੇ ਉਹ ਲੈਨ ਮੌਕੇ ਦੇ ਫਾਈਨਲ ਹੋਇਆ ਸੀ ਆਪਾਂ ਕਈ ਵਾਰ ਹੁੰਦਾ ਨਾ ਕਿ ਜਦੋਂ ਆਪਾਂ ਸੈੱਟ ਦੇ ਉੱਪਰ ਕਿਸੇ ਵੱਡੇ ਸਟਾਰ ਨਾਲ ਕੰਮ ਕਰਦੇ ਆ ਥੋੜਾ ਜਿਹਾ ਬੰਦਾ ਅਨਕੰਫਰਟੇਬਲ ਕਿਤੇ ਨਾ ਕਿਤੇ ਫੀਲ ਕਰਦਾ ਵੱਡਾ ਕਿਉਂਕਿ ਜੱਸੀ ਨਾਲ ਤੁਸੀਂ ਕੰਮ ਕੀਤਾ ਉਹ ਤੁਹਾਡੇ ਨਾਲ ਉਹਨਾਂ ਨੇ ਤੁਹਾਨੂੰ ਕੰਫਰਟ ਜ਼ੋਨ 'ਚ ਕਿਵੇਂ ਲੈ ਕੇ ਆਏ ਕੋਈ ਹੁੰਦਾ ਨਾ ਕਿ ਯਾਰ ਉਹਨਾਂ ਦਾ ਰਿਲੇਸ਼ਨ ਹੀ ਕੁਝ ਹੋਰ ਸੀ ਇਹ ਤੁਸੀਂ ਦੱਸੋ ਆ ਨਹੀਂ ਨਹੀਂ ਉਹਨਾਂ ਨੇ ਸਾਰਿਆਂ ਨੂੰ ਬਹੁਤ ਕੰਫਰਟੇਬਲ ਕੀਤਾ ਮੇਰਾ ਤਾਂ ਮੈਂ ਕਹਿ ਹੀ ਨਹੀਂ ਕਿ ਮੈਂ ਉਹਨਾਂ ਨਾਲ ਐਸ ਅਕ੍ਰੀਨ ਸਪੇਸ ਮੈਨੂੰ ਨਹੀਂ ਮਿਲੀ ਜਿੰਨੀ ਇਹ ਲੋਕ ਮੇਰੇ ਉਹਨਾਂ ਨਾਲ ਡਾਇਰੈਕਟ ਸੀਨ ਨਹੀਂ ਸੀਗੇ ਬਟ ਕੁਝ ਐਦਾ ਦੇ ਸੀਨ ਸੀਗੇ ਜਿਦੇ ਚ ਉਹਨਾਂ ਦੀ ਐਂਟਰੀ ਹੈ ਔਰ ਮੈਂ ਜਾ ਰਹੀ ਹਾਂ ਉਹਨਾਂ ਨੇ ਮੇਰਾ ਪੂਰਾ ਸੀਨ ਦੇਖਿਆ ਔਰ ਮੈਨੂੰ ਫਿਰ ਬਾਅਦ ਚ ਬੋਲੇ ਕਿ ਤੁਸੀਂ ਬਹੁਤ ਅੱਛਾ ਕੀਤਾ ਮੈਨੂੰ ਬਹੁਤ ਅੱਛਾ ਲੱਗਿਆ ਸੁਣ ਕੇ ਕਿਉਂਕਿ ਸ਼ਾਇਦ ਉਹਨਾਂ ਦੀ ਜਗ੍ਹਾ ਕੋਈ ਹੋਰ ਆਰਟਿਸਟ ਹੁੰਦਾ ਵੈਨਿਟੀ ਚ ਚਲਾ ਜਾਂਦਾ ਕਿ ਅਜੇ ਇਹ ਪੂਰਾ ਹੋਏਗਾ ਐਂਡ THEN ਮੈਂ ਆਵਾਂਗਾ ਲੇਕਿਨ ਉਹਨਾਂ ਅਜ ਬਿਲਕੁਲ ਜ਼ੀਰੋ ਸਟਾਰਡਮ ਸੀਗਾ ਔਰ ਹੁਣ ਵੀ ਅਗਰ ਤੁਸੀਂ ਦੇਖਿਆ ਹੋਏਗਾ ਉਹਨਾਂ ਨੇ ਹਰ ਜਗ੍ਹਾ ਸਾਨੂੰ ਮਤਲਬ ਅੱਗੇ ਅੱਗੇ ਕੀਤਾ ਯੂ نو ਕਿਉਂਕਿ ਉਹ ਇੱਕ ਔਰਾ ਲੈ ਕੇ ਚੱਲ ਰਹੇ ਨੇ ਉਸ ਸਟਾਰ ਨੇ ਸਾਰੇ ਹੈ ਨਾ ਬਟ ਉਹ ਮੇਕ ਸ਼ੋਰ ਕਰ ਰਹੇ ਸੀ ਕਿ ਅਸੀਂ ਨਾਲ ਹੈਗੇ ਆ ਕਿ ਨਹੀਂ ਹੈਗੇ ਆ ਤੇ ਇਹ ਜਿਸੀਂ ਸਰ ਦਾ ਬੜਪਨ ਹੈਗਾ ਤੁਸੀਂ ਡਾਇਰੈਕਟਰ ਦੀ ਨਜ਼ਰ ਦੇਖੀ ਹੁੰਦੀ ਨਾ ਉਹਦੇ ਕੰਮ ਕਰਨ ਦਾ ਤਰੀਕਾ ਇੱਕ ਹੁੰਦਾ ਕਿ ਜਿਵੇਂ ਜੱਸੀ ਬਾਈ ਨੇ ਕਿਹਾ ਕਿ ਆਪਾਂ ਆ ਐਕਟਰ ਲੈ ਲਈਏ ਐਕਟਰ ਲੈ ਲਈ ਦੱਸਿਆ ਸੀ ਨਾ ਉਹਨਾਂ ਨੇ ਆ ਨਹੀਂ ਕੀਤਾ ਉਹਨਾਂ ਨੇ ਕੈਰੈਕਟਰਸ ਲਏ ਨੇ ਤੇ ਹਲਕਾ ਜਿਹਾ ਉਹ ਚੀਜ਼ ਹੈਗੀ ਹੈ ਕਿ ਵਧੀਆ ਜਾਏਗੀ ਹੈ ਵਧੀਆ ਜਾਏਗੀ ਹੈ ਬਹੁਤ ਵਧੀਆ ਜਾਏਗੀ ਤੇ ਵਧੀਆ ਤੇ ਆਬੀਅਸ ਜੀ ਗੱਲ ਹੈ ਰੱਬ ਕਰੇ ਜਾਣੀ ਚਾਹੀਦੀ ਹੈ ਠੀਕ ਹੈ ਤੇ ਜੇ ਲੋਕਾਂ ਨੇ ਸਪੋਰਟ ਕੀਤਾ ਹੋਰ ਜਿਆਦਾ ਪਿਆਰ ਦਿੱਤਾ ਤੇ ਬਹੁਤ ਜਿਆਦਾ ਵਧੀਆ ਜਾਏਗੀ। ਹਰ ਇੱਕ ਬੰਦੇ ਦਾ ਨਾ ਇੱਕ ਸੁਪਨਾ ਹੁੰਦਾ ਯਾਰ ਵੀ ਮਤਲਬ ਤੁਸੀਂ ਨੇ ਅਚੀਵ ਕੀਤਾ ਸ਼ਾਇਦ ਤੁਹਾਡੇ ਸੁਪਨਾ ਵੀ ਹੋਵੇ। ਕਿਹਾਂ ਦਾ ਹੁੰਦਾ ਹੈ। ਅੱਗੇ ਕੀ ਕਰਨਾ ਚਾਹੁੰਦੇ ਇੱਕ ਮਤਲਬ ਅੱਜ ਤੁਸੀਂ ਸ਼ਾਇਦ ਉਸਨੇ ਇੱਕ ਮਕਾਮ ਮਿਲੇਗਾ ਆਏਗਾ। ਕਿ ਇੱਕ ਹੁੰਦਾ ਨਾ ਕਿ ਯਾਰ ਮੈਂ ਉਸ ਮਕਾਮ ਤੇ ਜਾਣਾ ਚਾਹੁੰਦੇ ਆ। ਅੱਜ ਉਹ ਉਹਦੇ ਲਈ ਕੀ ਮਿਹਨਤ ਕਰ ਰਹੇ ਹੋ। हर दिन ही आई थिंक एक नवी स्ट्रगल है हर दिन ही नवी मेहनत है साढ़े फर एन एक्टर आई थिंक लर्निंग कभी खत्म ही नहीं है. असं भावें अज इतने बैठे हाँ मैं अच्छे को कुछ सीख के जाव मैं कल किसी फिल्म के सैट पर जावगी मैं उतों कुछ सीखाँगी तो मैंने लगता है कि वो ड्रीम्स कीप चेंजिंग विद टाइम इदा नहीं है कि यार आ हो गया आचीव कर लिया अज इत लाइफ ना हूँ सैटल हो गया मेरा इदा मनना है कि मैं ਹਰ ਰੋਜ਼ ਜਦ ਵੀ ਕੰਮ ਤੇ ਜਾਵਾ ਮੈਂ ਕੁਝ ਨਵਾਂ ਸਿੱਖਣ ਨੂੰ ਮਿਲਣਾ ਤੇ ਸਿੱਖਣ ਨੂੰ ਮਿਲੇ ਮੈਨੂੰ ਤੇ ਉਹ ਸਿੱਖਦੇ ਸਿੱਖਦੇ ਹੀ ਮੈਂ ਆਪਣੀ ਜ਼ਿੰਦਗੀ ਦੀ ਅੱਗੇ ਅੱਗੇ ਪੌੜੀ ਚੜ੍ਹਨਾ ਚਾਹਨੀ ਆ ਤੇ ਮੈਂ ਇਦਾਂ ਨਹੀਂ ਸੋਚਦੀ ਕਿ ਯਾਰ ਇੰਨਾ ਚੀਜ਼ ਹੋ ਗਿਆ ਬਸ ਬਹੁਤ ਹੈ ਹਲੇ ਲਾਈਫ 'ਚ ਬਹੁਤ ਕੁਝ ਕਰਨਾ ਹਲੇ ਤਾਂ ਸ਼ੁਰੂਆਤ ਕੀਤੀ ਆਪਾਂ ਸੀਟੀ ਨਮਾ ਮਾਲ ਖੁੱਲਿਆ ਤੇ ਇੱਥੇ ਪ੍ਰੀਮੀਅਰ ਹੈ ਕੀ ਕਹਿਣਾ ਚਾਹੁੰਦੇ ਕੀ ਨਵੇਂ ਮਾਲ ਦੇ ਵਿੱਚ ਸਾਡੀ ਫਿਲਮ ਆਈ ਆ ਨਵੇਂ ਨਵੇਂ ਮਾਲ 'ਚ ਫਿਲਮ 'ਚ ਨਵੇਂ ਐਕਟਰ ਤੇ ਦੇ ਚਲੋ ਪੈਸੇ ਆ ਗਏ ਹੋਏ ਨੇ ਕੀ ਕਿਹਾ ਤੁਸੀਂ ਮੈਂ ਲਾਈ ਤਾਂ ਗੱਲ ਹੀ ਭੁੱਲ ਗਿਆ ਨਵੇਂ ਮਾਲ ਦੇ ਵਿੱਚ ਨਵੀਂ ਫਿਲਮ ਨਵੇਂ ਐਕਟਰਾਂ ਦੇ ਨਾਲ ਫੀਲਿੰਗ ਕਿੰਨੇ ਆ ਇਹ ਤਾਂ ਮੈਂ ਕਿਹਾ ਫੀਲਿੰਗਸ ਅੱਛੀ ਬਹੁਤ ਵਧੀਆ ਹੈ ਮੈਂ ਦੱਸਾਂ ਮੈਂ ਪਹਿਲੀ ਵਾਰ ਇਸ ਮਾਲ ਦੇ ਵਿੱਚ ਆਇਆ ਤੇ ਪਹਿਲੀ ਵਾਰ ਆਉਂਦੇ ਸਾਰੀ ਕਰਾਊਡ ਦਾ ਦੀ ਤਾਲੀਆਂ ਉਹ ਸਭ ਚੀਜ਼ਾਂ ਸੁਣਨੀ ਆ ਹਉ ਹੱਲਾ ਸ਼ੋਰ ਪੈ ਰਿਹਾ ਲੋਕੀ ਚੀਅਰ ਕਰਦੇ ਪਏ ਨੇ ਉਹ ਫਰਸਟ ਟਾਈਮ ਹੀ ਮਤਲਬ ਇਦਾਂ ਸੀ ਕਿ ਚਲੋ ਰੱਬ ਦੀ ਕਿਰਪਾ ਨਾਲ ਜ਼ਿੰਦਗੀ ਭਰ ਕਹਿ ਸਕਾਂਗੇ ਪਹਿਲੀ ਵਾਰੀ ਇਸ ਮਾਲ ਦੇ ਵਿੱਚ ਆ ਕੇ ਆਪਣੇ ਲਈ ਤਾੜੀਆਂ ਸੁਣੀਆਂ ਸੀ ਇਹ ਇਹ ਮੁੜ ਕੇ ਫੀਲਿੰਗ ਨਹੀਂ ਆਉਣੀ ਆਉਂਗੇ ਬਤੇਰੇ ਵਾਰ ਹਨ ਮੈਂ ਕਹਿੰਦਾ ਹੋਰ ਕਿਤੇ ਭਾਵੇਂ ਆਵੇ ਪਰ ਇਸ ਮਾਲ ਦੇ ਵਿੱਚ ਐਕਚੁਅਲੀ ਮੈਨੂੰ ਲੱਗਦਾ ਮਹਾਲੀ ਦਾ ਸਭ ਤੋਂ ਵੱਡਾ ਮਾਲ ਹੈ ਨਾ ਸਭ ਤੋਂ ਵੱਡਾ ਡਿਮਾਲ ਦੇ ਵਿੱਚ ਸਭ ਤੋਂ ਵਧੀਆ ਸਭ ਤੋਂ ਵੱਡਾ ਮੂਮੈਂਟ ਹੋ ਗਿਆ ਥੈਂਕ ਯੂ ਸੋ ਮੱਚ ਬੜੀਆਂ ਪਿਆਰੀਆਂ ਗੱਲਾਂ ਕੀਤੀਆਂ ਬੜਾ ਵਧੀਆ ਲੱਗਿਆ ਥੈਂਕ ਯੂ ਅਰਦਾਸ ਹੈ ਕਿ ਲੋਕਾਂ ਨੂੰ ਤੁਹਾਡੀ ਮੂਵੀ ਬੜੀ ਪਸੰਦ ਆਵੇ ਥੈਂਕ ਯੂ ਥੈਂਕ ਯੂ